शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। हर संग जियो, आज बड़ा खुशियां दा दिन है कि इस दर संगत सारी पुजी है, भैन भरा सारे आए हैं, साढ़े भैन जी सत्कार योग जेठवाल दे उत्थे आए हैं और तुसी ये अकाल पुरख का सिंघासन लग्या परमेश्वर विराजमान ने दस जड़ी हरबाणी लैके चल लगा है। दस पो छैन छे समत चार संसार सिंह दे ग्रह पिंड शंभ जिला जम्मू। जे गुरमुखो तुसा आसरा रखिया एक 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 अंकार होके लवा मलाइया तुहानू बना के सचखंड द्वारे दे सिख सिखिया तुरदी नाल पढ़ाइया अगे सदा वसा तुहाडे विच। अकाल पुरख कह रहा है हर कट काया अंदर डेरा लाइया सौंदियां जागदियां तुरदियां फिरदियां नू लाई रखा खिच प्रेम प्रीति विच बंधाइया तुहाडा मात पित भाई भैण साग सज्जन बन के घरां हित प्रीतम होके वेख वखाइया लोक मात तुहाडी लगन ना देवा पिठ सिर अपना हथ टिकाइया तुहाडे जन्म करम दा लैणा देना देवा नजिठ आवन जावन झगड़ा दिया मुकाइया। ਇਹ ਅਕਾਲ ਪੁਰਖ ਦੱਸੇ ਜਿਹੜਾ ਜਿਹੜਾ ਇੱਕ ਵਾਰੀ ਵੀ ਨਮਸਕਾਰ ਕਰ ਗਿਆ ਅਕਾਲ ਪੁਰਖ ਨੂੰ ਉਹ ਸਿੱਧੇ ਕਿੱਥੇ ਜਾਏਗਾ? ਸੱਚਖੰਡ 'ਚ। ਜਿਹਨੇ ਇੱਕ ਵਾਰੀ ਵੀ ਲੰਗਰ ਛਕ ਲਿਆ ਉਹ ਵੀ ਸੱਚਖੰਡ 'ਚ। ਜਿਹਨੇ ਇੱਕ ਵਾਰੀ ਵੀ ਜਕਾਰਾ ਲਗਾ ਲਿਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਰਮਾਤਮਾ ਦਾ ਇੱਕ ਵਾਰ ਦਰਸ਼ ਕਰ ਲਿਆ ਉਹਨੂੰ ਮੈਂ ਸੱਚਖੰਡ ਲੈ ਕੇ ਜਾਵਾਂਗਾ। ਲੋਕ ਮਾਤ ਤੁਹਾਡੀ ਲਗਨ ਦੇਵਾਂ ਪਿੱਠ ਸਿਰ ਆਪਣਾ ਹੱਥ ਟਿਕਾਈਆ ਤੁਹਾਡੇ ਜਨਮ ਕਰਮ ਦਾ ਲੈਣਾ ਦੇਣਾ ਦੇਵਾਂ ਨਜਿੱਠ ਆਵਣ ਜਾਵਣ ਝਗੜਾ ਦਿਆਂ ਮੁਕਾਈਆ ਪ੍ਰੇਮ ਪ੍ਰੀਤੀ ਤੁਹਾਡੇ ਅੰਦਰ ਪੈਂਦਾ ਪੈਦਾ ਘਰਾਂ ਸਿੱਖ ਦਿਵਸ ਰੈਣੀ ਕੋ ਰੰਗ ਰੰਗਾਈਆ ਕਲਮਸ਼ਾਈ ਨਾਲ ਤੁਹਾਡਾ ਲੇਖਾ ਜਾਵਾਂ ਲਿਖ ਜਿਸ ਨੂੰ ਚਾਰ ਯੁੱਗ ਨਾ ਕੋਈ ਮਿਟਾਈਆ ਭਗਤ ਭਗਵਾਨ ਵਿੱਚ ਰਹੇ ਕੋਈ ਨਾ ਬਿਥ ਫਿਰਕਾ ਫਿਰਕਿਆਂ ਵਾਲਾ ਗਵਾਈਆ ਅੱਜ ਦੀ ਸੁਹੰਜਨੀ ਹੋਈ ਥਿਤ ਉਹ ਦੱਸ ਦੇ ਗਵਾਈਆ। ਇਹ ਦਸ ਪਵਾਲ ਦਿਨ ਪਰਮੇਸ਼ਵਰ ਛੰਭ ਗਏ ਔਰ ਇਹ ਸੰਸਾਰ ਸਿੰਘ ਜਿਹੜੇ ਸਾਡੇ ਮਨਮੋਹਨ ਮੇਅਰ ਸਾਹਿਬ ਨੇ ਉਹਨਾਂ ਦੇ ਡੈਡੀ ਜੀ ਉਹਨਾਂ ਦੇ ਘਰ ਦਾ ਲੇਖ ਹੈ
ਅੱਜ ਦੀ ਸੁਹੰਜਣੀ ਹੋਈ ਥਿਤ ਉਹ ਦੱਸ ਦੇ ਗਵਾਈਆ ਬਾਲਮੀਕ ਇੱਥੇ ਆ ਕੇ ਕਾਗਜ਼ ਲਿਖਿਆ ਸੀ ਸਵਾ ਗਿੱਠ ਕਲਯੁਗ ਦਾ ਅੰਤ ਰਾਤ ਤਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਦੇ ਆਪਣੇ ਰੰਗ ਰੰਗਾਈਆ ਜਨ ਭਗਤੋ ਤੁਸਾ ਰੱਖਿਆ ਇੱਕ ਸਹਾਰਾ ਸਹਾਇਕ ਹੋ ਕੇ ਦਿਆਂ ਵਡਿਆਈਆ ਬਖਾਵਾਂ ਉਹ ਦਰਬਾਰਾ ਜਿੱਥੇ ਗੁਰ ਅਵਤਾਰ ਸੀਸ ਨਵਾਈਆ ਚਮਕਾਵਾਂ ਉਹ ਸਤਾਰਾ ਜਿਸ ਨੂੰ ਸੂਰਿਆ ਚੰਦ ਸੀਸ ਨਵਾਈਆ ਪ੍ਰਗਟਾਵਾਂ ਉਹ ਨਜ਼ਾਰਾ ਜੋ ਜਗ ਨੇਤਰ ਵੇਖਣ ਕੋਈ ਨਾ ਪਾਈਆ ਜਨ ਭਗਤੋ ਜਿਸ ਕਾਰਨ ਤੁਹਾਨੂੰ ਇੱਥੇ ਵਸਾਇਆ ਫਿਰ ਦੁਬਾਰਾ ਬਾਵਣ ਦਾ ਲੈਣਾ ਝੋਲੀ ਪਾਈਆ ਤੁਹਾਡੇ ਪਿੱਛੇ ਧਰਤੀ ਦਾ ਲੱਗੇ ਅਖਾੜਾ ਹਾਹਾਕਾਰ ਕੁਰਲਾਈਆ ਗੁਰਮੁਖਾ ਰੰਗ ਚੜੇ ਗਾੜਾ ਪ੍ਰੇਮ ਪ੍ਰੀਤੀ ਵਿੱਚ ਰੰਗਾਈਆ ਚਾਰ ਕੁੰਟ ਹੋਵੇ ਹਾਹਾਕਾਰਾ ਤੀਰਜ ਤੀਰ ਨਾ ਕੋਈ ਥਰਾਈਆ ਵੇਖੋ ਖੇਲ ਪੁਰਖ ਕਰਤਾਰਾ ਹਰ ਕਰਤਾ ਆਪਣੀ ਖੇਲ ਵਰਤਾਈਆ ਤੁਹਾਡਾ ਪੂਰਵ ਕਰਜ਼ ਦੇਣਾ ਉਧਾਰਾ ਲੈਣਾ ਸਭ ਦੀ ਝੋਲੀ ਪਾਈਆ ਜੋ ਰਸਨਾ ਨਾਲ ਲਾਇਆ ਜੈਕਾਰਾ ਇਹ ਤੁਸੀਂ ਸਾਰੇ ਦੇਖ ਰਹੇ ਹੋ ਜਿਹੜੇ ਭਗਤ ਨਾ ਇਹਨਾਂ ਦਾ ਪਿਛਲਾ ਲੇਖਾ ਪਰਮੇਸ਼ੁਰ ਦੇਣ ਆਇਆ ਔਰ ਜਿਹੜਾ ਤੁਸੀਂ ਜਗਾਰਾ ਲਗਾਇਆ ਜਨ ਭਗਤੋ ਜਿਸ ਕਾਰਨ ਤੁਹਾਨੂੰ ਇੱਥੇ ਵਸਾਇਆ ਫਿਰ ਦੁਬਾਰਾ ਬਾਵਣ ਦਾ ਲੈਣਾ ਝੋਲੀ ਪਾਈਆ ਤੁਹਾਡੇ ਪਿੱਛੇ ਧਰਤੀ ਦਾ ਲੱਗੇ ਅਖਾੜਾ ਹਾਹਾਕਾਰ ਕੁਰਲਾਈਆ ਗੁਰਮੁਖਾ ਰੰਗ ਝਾੜੇ ਗਾੜਾ ਪ੍ਰੇਮ ਪ੍ਰੀਤੀ ਵਿੱਚ ਰੰਗਾਈਆ ਚਾਰ ਕੁੰਟ ਹੋਵੇ ਹਾਹਾਕਾਰਾ ਤੀਰਜ ਧੀਰ ਨਾ ਕੋਈ ਤਰਾਈਆ ਵੇਖੋ ਖੇਲ ਪੁਰਖ ਕਰਤਾਰਾ ਹਰ ਕਰਤਾ ਆਪਣੀ ਖੇਲ ਵਰਤਾਈਆ ਤੁਹਾਡਾ ਪੂਰਵ ਕਰਜ਼ ਦੇਣਾ ਉਧਾਰਾ ਲੈਣਾ ਸਭ ਦੀ ਝੋਲੀ ਪਾਈਆ ਜੋ ਰਸਨਾ ਨਾਲ ਲਾਇਆ ਜੈਕਾਰਾ ਜੈ ਜੈਕਾਰ ਦੇਣਾ ਕਰਾਈਆ ਪ੍ਰਭ ਦਾ ਲੇਖ ਛਪਣਾ ਨਹੀਂ ਵਿੱਚ ਅਖਬਾਰਾਂ ਜਗਤ ਸੰਦੇਸ਼ਾ ਨਾ ਕੋਈ ਸੁਣਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਦੇਵਨ ਹਾਰ ਚਰਨ ਕਮਲ ਸਰਨ ਸਹਾਰਾ ਦੂਸਰੇ ਓਟ ਨਾ ਕੋਈ ਸਮਝਾਈਆ ਜਨ ਭਗਤੋ ਤੁਸਾਂ ਆਸਰਾ ਲਿਆ ਤੱਕ ਤਕਵਾ ਇੱਕੋ ਉਤੇ ਰਖਾਈਆ ਤੁਹਾਡਾ ਜ਼ਰੂਰ ਪੂਰਾ ਕਰਾਂ ਹੱਕ ਕਮੀ ਰਹਿਣ ਕੋਈ ਨਾ ਪਾਈਆ ਕੂੜੀ ਕਿਰਿਆ ਮੇਟ ਕੇ ਸ਼ੱਕ ਸਹਿੰਸਾ ਅੰਦਰੋਂ ਦਿਆਂ ਕਢਾਈਆ ਤੁਹਾਡੇ ਹਿਰਦੇ ਅੰਦਰ ਵਸ ਰਸ ਆਪਣਾ ਦਿਆਂ ਚਖਾਈਆ ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਸਾਂਝਾ ਯਸ ਸਿਫਤਾਂ ਵਿੱਚ ਜਗਤ ਸਲਾਈਆ ਮਾਰਗ ਅਗਲਾ ਅਗੰਮਾ ਦੱਸ ਦੈ ਦਿਸ਼ਾ ਦਾ ਡੇਰਾ ਢਾਈਆ ਜਿਸ ਕਾਰਨ ਤੁਸੀਂ ਆਏ ਨਸ ਆਪਣਾ ਪੰਧ ਮੁਕਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਦਰ ਕਰ ਸਾਚੇ ਲੇ ਮਲਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ
विष्णु भगवान दी जय। सोहंग महाराज शेर सिंह विष्णु भगवान दी जय। सोहंग महाराज शेर सिंह विष्णु भगवान दी जय। सोहंग महाराज शेर सिंह विष्णु भगवान दी जय। हुण घर वालां अगे बेनती की जाती है कि आओ शहनशाह हजूर सचे पातशाह दे चरणां विच आके जकारे लाओ। घर वाले आ जाओ। सोहंग महाराज शेर सिंह विष्णु भगवान दी जय। 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 मान योग ते सत्कार योग हर संघ जीओ, क्योंकि साडा जम्मू संगत का एक ही फैसला है कि जदों साडे भैन जी या वीर जी इत्थे विराजमान हो जाण तां फिर साडा कोई भी बुलारा जो है वह नहीं बोलता है। लेकिन घर वालों की कोई थोड़ी जी देर होने कारण दास थोड़े लाइना पड़ेगा। आप जी ने सुनिया शहनशाह हजूर सचे पातशाह ने, क्योंकि एक सिख जो है किसी जहाँ होना चाहिए जिस तरह गुरु घर नूं मनदे हन कई। तो इत्थे की लेख है कि यह 22 विसाख शहनशाह समय दो मान सिंह के ग्रह की लिखित है। जो गोविंदा सिख कौन हुंदा? जो गोविंदा सिख सिक्ख्या विच सदा समाई आ, वह हमेशा उसकी सिक्ख्या विच रहिंदा है, बाहर नहीं जाता है। वह जरूर अंतर अपना वेखे भविख, बाहरों पुछण की लोड़ रहे ना राई आ, इस दे निर्गुण धार अंदर निज सरूप पे दिख। फिर वह अपने आप ही अकालपुर परमात्मा का जो है सरूप नूं दिख जाता है। निज स्वरूप पे देख पड़दा ओला रहे नराइया, प्रीतम होके मालक एक प्यो अपेदा, पेव अपेदा दे खुलाइया, नाम देंदा दे के चिट, तुर संदेशा आप प्रगटाइया, गोबिंद सदा रहंदा गुरमुखां दे विच, बिछोड़े विच कदे ना आइया, आदि जुगादी तुरदा पित, बालक गुरमुखा गोद उठाई आ, जिसका खेल नित नवित, जुग चौकड़ी कार कमाई आ, ज्योति ज्योत स्वरूप हर आप अपनी कृपा कर, साचा भेव आप खुलाई आ, जो गोविंद का सिख लिया अपना, जो गोविंद सिख लिया अपना, उपमा अपनी बिच लगाई आ, उसका बिछोड़ा रहे न राह, दुतिया पाओ न कोई जनाइया, सुरती शब्द लय समा, समापत करे बाहरू लुकाइया, बाहर की कोई लोड़ नहीं रहती, फिर वह लुकाई तो बाहर हो जाता है। साहब स्वामी अंतरजामी अपना जोड़ जुड़ाइया, बिन गुरमुखा तू गोविंद कदे न बैठे बेला, सदा गुरमुखा अंदर बढ़ के अपना झट लंघाइया, ज्योति ज्योत स्वरूप हर आप अपनी कृपा कर, साचा रंग दे रंगाई आ, जेड़ा गोविंद का सिख बनिया आप अपना ग्या बदलाई आ, ओ निर्गुण धारू जनिया। अकालपुर परमात्मा ही उन्होंने भेजदा है,
निर्गुण धारू जनिया नाता मात पित तुड़ाइया उस निरअखर इको पढ़िया। निरअखर बाणी जो है अकाल पुरख परमात्मा जो अखरां विच नहीं आउंदी उहनू पढ़िया जिसकी विद्या तुर दुरगाई आ त्रैगुण विच कदे ना वड़िया। वह त्रैगुण माया तो बाहर हो जाता है। ममता मोह ना कोई हलकाई आ सरन सरनाई आके उस दी पढ़िया जिथे मिले मान बढ़ियाई आ। रहे भौ ना कोई डरिया भयानक रूप ना कोई प्रगटाई आ अमृत नहावे साचे सरिया। दुरमत मैल धोआई आ गोविंदा सिख सदा गोविंदे घर बढ़िया। गोविंदा सिख सदा गोविंदे घर बढ़िया बछोड़ा रहन कदे ना पाई आ ना जीवंदा ना मरिया। ना जीवंदा ना मरिया मर जीवत उस विच समाई आ। वह जीवंदा मरिया उहदे विच ही समा जांदा है। ज्योति जो स्वरूप हरे आप अपनी कृपा कर साचा दर दे बखाई आ। गोविंद सिख बनना बड़ा औखा सिख बनना बड़ा औखा चार वरना समझ कोई ना आई आ। ओह एहो झगड़ा छड जाए चौदह लोकां चौदह तबकां पद मुकाई आ। ओहो सुन ले एक सलोका दूजा बचन सरपण सुन कदे ना पाई। और सर काल पर परमात्मा एक ही बचन सुनना है तू मेरा मैं तेरा दूजा कोई बचन ना सुने। सरपण सुन कोई ना पाई आ कदे ना ओ रखे इको ओटा। उस काल पर परमात्मा के एक ही ओट रख दिया। हूँ घर वाले पहुँच गए हैं मैं इतने जकारे लाना हाँ आप जी ने सरपण करने जी। सो अंग महाराज शेर सिंह विष्णु भगवान दी जाय। सो हंग महाराज शेर सिंह विष्णु भगवान दी जाय। सो हंग महाराज शेर सिंह विष्णु भगवान दी जाय। सो हंग महाराज शेर सिंह विष्णु भगवान दी जाय।